ਸਿੰਘਾਂ ਕਰਨਾ ਚਾਹੁੰਦੇ ਹਨ ਸ਼ਹੀਦ ਭਗਤ ਸਿੰਘ ਜੀ ਦੀ ਬਾਇਓਪਿਕ ਦੇ ਵਿੱਚ ਕੰਮ। ਜੀ ਹਾਂ, ਰੀਸੈਂਟਲੀ ਸਿੰਘਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਇੱਛਾ ਜ਼ਾਹਿਰ ਕੀਤੀ ਹੈ, ਇਹ ਵਿਸ਼ ਜ਼ਾਹਿਰ ਕੀਤੀ ਹੈ ਕਿ ਉਹ ਰੀਅਲ ਲਾਈਫ ਦੇ ਵਿੱਚ ਭਗਤ ਸਿੰਘ ਜੀ ਦੇ ਕਿਰਦਾਰ ਨੂੰ ਜਿਉਣਾ ਚਾਹੁੰਦੇ ਨੇ। ਦੱਸ ਦਈਏ ਕਿ ਰੀਸੈਂਟਲੀ ਇੰਡੀਪੈਂਡੈਂਸ ਡੇ ਵਾਲੇ ਦਿਨ ਸਿੰਘਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ। ਇਸ ਸਟੋਰੀ ਦੇ ਵਿੱਚ ਸਿੰਘਾਂ ਨੇ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਨੂੰ ਵੀ ਸਾਂਝਾ ਕੀਤਾ। ਸਿੰਘਾਂ ਲਿਖਦੇ ਨੇ, Happy Independence Day. I want to play role in Bhagat Singh's biopic. Real vich ta pata nahi, ਰੀਲ ਵਿੱਚ ਜ਼ਰੂਰ ਫੀਲ ਕਰਨਾ ਚਾਹੁੰਦਾ ਆਜ਼ਾਦੀ। ਸੋ ਭਗਤ ਸਿੰਘ ਜੀ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਸਿੰਘਾਂ ਨੇ ਲਿਖਿਆ, ਉਹਨਾਂ ਦੀ ਬਾਇਓਪਿਕ ਦੇ ਵਿੱਚ ਉਹ ਭਗਤ ਸਿੰਘ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਨੇ ਤੇ ਨਾਲ ਹੀ ਉਹਨਾਂ ਇਹ ਵੀ ਲਿਖਿਆ ਕਿ ਰੀਅਲ ਵਿੱਚ ਤਾਂ ਪਤਾ ਨਹੀਂ ਪਰ ਰੀਲ ਦੇ ਵਿੱਚ ਉਹ ਆਜ਼ਾਦੀ ਫੀਲ ਕਰਨਾ ਚਾਹੁੰਦੇ ਨੇ। ਸੋ ਸਿੰਘਾਂ ਦੇ ਵੱਲੋਂ ਸਾਂਝੀ ਕੀਤੀ ਇਹ ਸਟੋਰੀ ਭਗਤ ਸਿੰਘ ਦੇ ਪ੍ਰਤੀ ਉਹਨਾਂ ਦੀ ਰਿਸਪੈਕਟ ਵੀ ਦਰਸਾਉਂਦੀ ਹੈ ਤੇ ਨਾਲ ਹੀ ਇਹ ਵੀ ਦਰਸਾਉਂਦੀ ਹੈ ਕਿ ਸਿੰਘਾਂ ਉਹਨਾਂ ਦੇ ਕਿਰਦਾਰ ਨੂੰ ਨਿਭਾਉਣਾ ਚਾਹੁੰਦੇ ਨੇ। ਰੀਲ ਲਾਈਫ ਦੇ ਵਿੱਚ ਸਿੰਘਾਂ ਨੇ ਕਿਹਾ ਕਿ ਉਹ ਆਜ਼ਾਦੀ ਫੀਲ ਕਰਨਾ ਚਾਹੁੰਦੇ ਨੇ। ਗੱਲ ਦੱਸਦੀ ਕਿ ਇਹ ਤਸਵੀਰ ਸਿੰਘਾਂ ਦੇ ਵੱਲੋਂ ਹੀ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤੀ ਗਈ ਹੈ। ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਜੇਕਰ ਸਿੰਘਾਂ ਦੇ ਵਰਗਰਾਫ ਦੀ ਗੱਲ ਕਰੀਏ ਤੇ ਰੀਸੈਂਟਲੀ ਸਿੰਘਾਂ ਨੇ ਆਪਣੇ ਗੀਤ ਰਿਲੀਜ਼ ਕੀਤੇ ਨੇ ਜਿਸ ਨੂੰ ਕਿ ਦਰਸ਼ਕ ਕਾਫੀ ਜ਼ਿਆਦਾ ਪਸੰਦ ਵੀ ਕਰ ਰਹੇ ਨੇ। ਰੀਸੈਂਟਲੀ ਸਿੰਘਾਂ ਨੇ ਇੰਡਸਟਰੀ ਦੇ ਬਾਰੇ ਵੀ ਇੱਕ ਗੀਤ ਰਿਲੀਜ਼ ਕੀਤਾ ਤੇ ਉਸ ਦੇ ਵਿੱਚ ਕਈ ਸਾਰੇ ਕੌੜੇ ਸੱਚ ਵੀ ਸਿੰਘਾਂ ਨੇ ਦੱਸੇ ਨੇ ਜੋ ਕਿ ਇੰਡਸਟਰੀ ਦੇ ਬਾਰੇ ਨੇ। ਦੱਸਦੀਏ ਕਿ ਇੱਕ ਈਪੀ ਹੈ ਜਿਸਦਾ ਇੱਕ ਗੀਤ ਰਿਲੀਜ਼ ਹੋ ਚੁੱਕਿਆ ਹੈ ਜੋ ਕਿ ਦਰਸ਼ਕਾਂ ਨੂੰ ਚੰਗਾ ਲੱਗ ਰਿਹਾ ਹੈ, ਜੋ ਕਿ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਇਸ ਦੇ 4 ਗਾਣੇ ਨੇ, 4 ਵੀਡੀਓ ਨੇ ਤੇ ਇੱਕੋ ਹੀ ਦਿਨ ਇਸ ਨੂੰ ਰਿਲੀਜ਼ ਕੀਤਾ ਗਿਆ ਹੈ ਜੋ ਕਿ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਵੀ ਆ ਰਿਹਾ ਹੈ। ਸੋ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ। ਇਹ ਵੀ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਣਾ ਕਿ ਸਿੰਘਾਂ ਦੇ ਆਉਣ ਵਾਲੇ ਪ੍ਰੋਜੈਕਟਸ ਦੇ ਲਈ, ਉਹਨਾਂ ਦੇ ਗੀਤਾਂ ਦੇ ਲਈ ਕਿੰਨੇ ਐਕਸਾਈਟਿਡ ਹੋ। ਆਪਣੇ ਕਰੀਅਰ ਦੇ ਵਿੱਚ ਸਿੰਘਾਂ ਦੇ ਵੱਲੋਂ ਕਈ ਸਾਰੇ ਸੁਪਰ ਹਿੱਟ ਗੀਤ ਦਿੱਤੇ ਗਏ ਨੇ, ਉਹਨਾਂ ਗੀਤਾਂ ਦੇ ਵਿੱਚੋਂ ਤੁਹਾਡਾ ਫੇਵਰੇਟ ਕਿਹੜਾ ਇਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ। ਇੰਨਾ ਹੀ ਨਹੀਂ, ਸਿੰਘਾਂ ਨੇ ਫਿਲਮ ਲਾਈਨ ਦੇ ਵਿੱਚ ਵੀ ਆਪਣਾ ਚੰਗਾ ਨਾਮ ਬਣਾ ਲਿਆ। ਉਹਨਾਂ ਦੀਆਂ ਰਿਲੀਜ਼ ਹੋਈਆਂ ਫਿਲਮਾਂ ਦੇ ਵਿੱਚੋਂ ਤੁਹਾਡੀ ਫੇਵਰੇਟ ਕਿਹੜੀ ਹੈ ਇਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।